ਸਤਿ ਸ਼੍ਰੀ ਅਕਾਲ ਦੋਸਤੋ। ਕਈ ਦੋਸਤ ਜਿੱਦਾਂ ਕਹਿੰਦੇ ਆ ਭਈ ਮਤਲਬ ਸਫੈਦੇ ਦੇ ਬੂਟੇ ਲਾਉਣ ਦਾ ਕੋਈ ਫਾਇਦਾ ਨਹੀਂ ਹੈ, ਤਾਂ ਮੈਂ ਤੁਹਾਨੂੰ ਦੱਸਦਾ ਇੱਧਰ ਸਾਡੇ ਏਰੀਏ 'ਚ ਤਾਂ ਕੰਢੀ ਏਰੀਏ 'ਚ ਫਸਲਾਂ ਬਹੁਤ ਘੱਟ ਹੁੰਦੀਆਂ, ਅਤੇ ਇਸੇ ਕਰਕੇ ਅਸੀਂ ਵੀ ਦੇਖੋ ਸਫੈਦੇ ਲਗਾਏ ਸੀ। ਇਹ ਤਕਰੀਬਨ 400 ਸਫੈਦੇ ਆ ਅਤੇ 2 ਸਾਲ ਦਾ ਇਹ ਬੂਟਾ ਆ, ਵਿੱਚ ਇੱਦਾਂ ਇਸ ਤਰ੍ਹਾਂ ਮੋਟਾ ਵੀ ਹੈ ਅਤੇ ਪਤਲਾ ਵੀ, ਜਾਣੀ ਸਾਰੇ ਤਕਰੀਬਨ ਕੁਝ ਇਹ ਨਹੀਂ ਹੈ, ਅਤੇ ਜਾਣੀ ਕਿ ਹੋਰ 3 ਸਾਲਾਂ 'ਚ ਬਿਲਕੁਲ ਇਹ ਤਿਆਰ ਹੋ ਜਾਣਗੇ। ਅਤੇ ਮੇਰੇ ਭਰਾ ਕਹਿੰਦੇ ਸੀਗੇ ਵੀ ਵੀਰ ਕੁਛ ਕਹਿੰਦੇ ਸੀਗੇ ਵੀ ਇਹਨਾਂ ਨੂੰ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਦੇਖੋ ਜੀ, ਫਾਇਦਾ ਤਾਂ ਇਹਨਾਂ ਨੂੰ ਲਾਉਣ ਦਾ ਹੈ। ਹੁਣ 400 ਬੂਟਾ ਤਕਰੀਬਨ ਮੈਂ ਜਾਣੀ ਕਿ ਸਫੈਦੇ ਦਾ ਇਹ ਲਾਇਆ ਹੋਇਆ ਆ। ਜੇ ਤਕਰੀਬਨ 5 ਸਾਲ ਬਾਅਦ ਨਾ ਅਸੀਂ 1,000 ਰੁਪਏ ਦੇ ਹਿਸਾਬ ਨਾਲ ਵੀ ਇੱਕ ਬੂਟਾ ਵੇਚੀਏ ਤਾਂ ਤਕਰੀਬਨ 4 ਲੱਖ ਰੁਪਈਆ ਸਾਨੂੰ ਮਿਲ ਸਕਦਾ ਹੈ ਬੜੇ ਆਰਾਮ ਨਾਲ। ਜੇ ਅਸੀਂ ਖੁਦ ਪਟਾ ਕੇ ਸੇਲ ਕਰਨਾ ਹੋਵੇ ਮੰਡੀ ਦੇ ਵਿੱਚ ਤਾਂ ਉਸ ਤੋਂ ਵਧੀਆ ਜਾਣੀ ਕਿ ਮੁਨਾਫਾ ਆਦਮੀ ਕਮਾ ਸਕਦਾ, ਜਾਣੀ ਕਿ ਤਕਰੀਬਨ ਇੱਕ FD ਵਾਂਗੂ ਹੀ ਸੇਵਿੰਗ ਹੈ ਆਪਣੀ। ਜਿਵੇਂ ਕਿ FD ਅਸੀਂ ਕਿਸੇ ਚੀਜ਼ ਦੀ ਕਰਾਉਂਦੇ ਤਾਂ ਸਾਲ ਬਾਅਦ ਸਾਨੂੰ ਵਿਆਜ ਮਿਲਦਾ, ਅਤੇ ਇਹ ਵੀ 400 ਜਿੱਦਾਂ ਕਿ ਬੂਟਾ ਸਫੈਦੇ ਦਾ ਲਗਾਇਆ ਸੀ ਅਤੇ ਇਸ ਦਾ ਉਸ ਹਿਸਾਬ ਨਾਲ ਜਾਣੀ ਸਾਲ ਦੀ ਸਾਲ ਵਿਆਜ ਪੈ ਕੇ ਜਾਣੀ 80,000 ਰੁਪਈਆ ਸਾਲ ਦਾ ਵਿਆਜ ਪੈ ਕੇ 5 ਸਾਲਾਂ ਬਾਅਦ ਜਾਣੀ ਕਿ 4,00,000 ਰੁਪਈਆ ਇਹਨਾਂ ਤੋਂ ਕਮਾਇਆ ਜਾ ਸਕਦਾ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ 80,000 ਰੁਪਈਆ ਜਿਹੜਾ ਵਿਆਜ ਲੱਗਦਾ ਉਹ ਕਿਸੇ ਪਾਸਿਓਂ ਵੀ ਘੱਟ ਹੈ। ਸੋ ਇਹੀ ਸ਼ੇਅਰ ਕਰਨਾ ਸੀਗਾ ਵੀ ਟ੍ਰੀ ਫਾਰਮਿੰਗ ਦੇ ਵਿੱਚ ਪੈਸਾ ਤਾਂ ਹੈ, 900 ਹਜ਼ਾਰ 1,200 ਰੁਪਏ ਕੁਇੰਟਲ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਪ੍ਰਾਈਸ ਹੈ ਸਫੈਦੇ ਦਾ, ਅਤੇ ਜੋ ਇਹਦਾ ਝੁੰਡਾ ਨਿਕਲਦਾ ਹੈ ਥੱਲੇ ਉਹ ਬਾਲਣ ਵਗੈਰਾ ਜੋ ਵੀ ਮਿਲਦਾ ਆ ਉਹ ਵੀ 4, 450 ਨੂੰ 550 ਨੂੰ ਕੁਇੰਟਲ ਦੇ ਹਿਸਾਬ ਨਾਲ ਵਿਕਦਾ ਹੈ। ਸੋ ਆਈ ਹੋਪ ਤੁਹਾਨੂੰ ਕਿਸਾਨ ਵੀਰੋ ਵੀਡੀਓ ਵਧੀਆ ਲੱਗੀ ਹੋਊਗੀ, ਅਤੇ ਅਜਿਹੀਆਂ ਹੋਰ ਵੀਡੀਓਸ ਦੇਖਣ ਦੇ ਲਈ ਅਤੇ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।